ਪੰਜਾਬ ਫੋਕਸ ਚੈਨਲ ਤੋਂ ਦੇਖਦੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਅਤੇ ਇਸ ਵਕਤ ਅਸੀਂ ਪਿੰਡ ਪਲਾਸੌਰ ਕਲਾਂ ਜਿਹੜਾ ਕਿ ਡਿਸਟ੍ਰਿਕਟ ਤਰਨ ਤਾਰਨ ਦੇ ਵਿੱਚ ਪੈਂਦਾ ਪਿੰਡ ਹੈ, ਬਲੋਕ ਅਤੇ ਹਲਕਾ ਵੀ ਤਰਨ ਤਾਰਨ ਦਾ ਪਿੰਡ ਹੈ। ਅਸੀਂ ਉਹ ਪਿੰਡ ਦੇ ਵਿੱਚ ਉੱਥੋਂ ਦੇ ਮੌਜੂਦਾ ਸਰਪੰਚ ਸਰਦਾਰ ਦਰਬਾਰ ਸਿੰਘ ਜੀ, ਸਾਨੂੰ ਸਰਦਾਰ ਕਰਨੈਲ ਸਿੰਘ ਜੀ ਉਹਨਾਂ ਦੇ ਨਿਵਾਸ ਸਥਾਨ 'ਤੇ ਉਹਨਾਂ ਦੇ ਨਾਲ ਮੌਜੂਦ ਹਾਂ। ਅਤੇ ਅਸੀਂ ਉਹਨਾਂ ਕੋਲੋਂ ਉਹਨਾਂ ਦੀ 2.5 ਸਾਲ ਦੀ ਸਰਪੰਚੀ ਦੇ ਦੌਰਾਨ ਜਿਹੜੇ ਉਹਨਾਂ ਆਪਣੇ ਪਿੰਡ ਦੇ ਕੰਮ ਕੀਤੇ ਨੇ ਉਸ ਸੰਬੰਧੀ ਵੀ ਜਾਣਕਾਰੀ ਲਵਾਂਗੇ। ਅਤੇ ਉਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਰਹਿੰਦੇ ਨੇ ਦੋ ਸਾਲ ਦੇ ਕੰਮ, ਉਸ ਸੰਬੰਧੀ ਵੀ ਆਪਾਂ ਉਹਨਾਂ ਕੋਲ ਜਾਣਕਾਰੀ ਲਵਾਂਗੇ ਕਿ ਉਹਨਾਂ ਦੇ ਹੋਰ ਜਿਹੜੇ 2.5 ਸਾਲ ਦੇ ਕੰਮ ਰਹਿੰਦੇ ਨੇ ਉਹ ਕਿਹੜੇ ਕਿਹੜੇ ਨੇ। ਅਤੇ ਆਓ ਹੁਣ ਤੁਹਾਡੇ ਰੂਬਰੂ ਕਰਾਉਂਦੇ ਹਾਂ ਆਪਾਂ ਪਿੰਡ ਪਲਾਸੌਰ ਕਲਾਂ ਤੋਂ ਮੌਜੂਦਾ ਸਰਪੰਚ ਸਰਦਾਰ ਆਪਣਾ ਦਰਬਾਰ ਸਿੰਘ ਜੀ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਪਿੰਡ ਵਾਸੀਆਂ ਨੂੰ ਕੁਛ ਕਹਿਣਾ ਚਾਹੋਗੇ ਜੀ, ਜਿਹਨਾਂ ਤੁਹਾਨੂੰ ਵੋਟਾਂ ਪਾ ਕੇ ਸਰਪੰਚੀ ਦਾ ਮਾਣ ਬਖਿਆ? ਵਾਹਿਗੁਰੂ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਵੋਟਾਂ ਪਾ ਕੇ ਸਾਡੀ ਪੰਚਾਇਤ ਬਣਾਈ, ਸਾਨੂੰ ਮੈਂ ਬਿਸਪੰਗੀ ਦਾ ਮਾਣ ਬਖਸ਼ਿਆ ਜੀ। ਹਮੇਸ਼ਾ ਪਿੰਡ ਵਾਸੀਆਂ ਦੇ ਰਣੀ ਰਹਾਂਗੇ ਜੀ। ਠੀਕ ਹੈ। ਅਤੇ ਹੋਰ ਸਰ, ਆਪਣੇ ਜਿੱਦਾਂ ਮੰਨ ਲਓ ਪਿੰਡ ਵਿੱਚ ਅਸਲੀ ਆਪਣਾ ਜਿਹੜਾ ਘਰ ਹੁੰਦਾ ਸ਼ਮਸ਼ਾਨ ਘਾਟ, ਅਤੇ ਜਦੋਂ ਤੁਸੀਂ ਸਰਪੰਚ ਬਣੇ ਸੀ ਉਦੋਂ ਸ਼ਮਸ਼ਾਨ ਘਾਟ ਜਿਹੜੀ ਉਹਦੀ ਕੰਡੀਸ਼ਨ ਜਿਹੜੀ ਆ ਉਹ ਕਿੱਦਾਂ ਦੀ ਸੀ? ਜਿਹੜੀ ਚਾਰ ਦੀਵਾਰੀ ਹੋਈ ਸੀਗੀ, ਗੇਟ ਵਗੈਰਾ ਲੱਗੇ ਸੀ, ਉਹ ਤਾਂ ਪਹਿਲਾਂ ਕੁਛ ਹਾਲ ਤੱਕ ਠੀਕ ਸੀਗੇ, ਪਰ ਜਿਹੜੀ ਅੰਦਰੂਨੀ ਹਾਲਤ ਆ, ਜਿਹੜੀ ਉੱਥੋਂ ਦੀ ਗਰਾਊਂਡ ਆ ਜਾਂ ਜਿੱਥੇ ਆਪਾਂ ਸਰਕਾਰ ਵਗੈਰਾ ਕਰਦੇ ਹਾਂ ਉਹਨਾਂ ਦੀ ਕੰਡੀਸ਼ਨ ਜਿੱਦਾਂ ਦੀ ਪਹਿਲਾਂ ਸੀ ਉੱਦਾਂ ਦੀ ਹੁਣ ਮਤਲਬ ਮਾੜੀ ਆ। ਮਾੜੀ ਪਾਸ ਜ਼ਰੂਰ ਹੋਇਆ ਵਾ, ਪਰ ਸਾਡੇ ਕੋਲ ਅਜੇ ਤੱਕ ਉਹ ਸ਼ੁਰੂ ਨਹੀਂ ਹੋ ਸਕਿਆ। ਸ਼ੁਰੂ ਨਹੀਂ ਹੋਇਆ? ਹਾਂਜੀ, ਉਹਦਾ ਕਾਰਨ ਆ ਵੀ ਨਰੇਗਾ 'ਚ ਹੋਣ ਕਾਰਨ ਉਹਦੀ ਜਿਹੜੀ ਪੇਮੈਂਟ ਹੈ ਜਿਹੜੀ ਹੁੰਦੀ ਆ ਉਹ ਕੰਮ ਕਰਾਉਣ ਤੋਂ ਬਾਅਦ, ਅਤੇ ਉਹ ਉਧਾਰ ਆ ਜੇ ਕੋਈ ਪੱਲਾ ਨਹੀਂ ਫੜਦਾ ਸਮਾਨ ਦੇਣ ਲਈ, ਉਹਦਾ ਕਰਕੇ ਅਸੀਂ ਹੁਣ ਕੋਸ਼ਿਸ਼ ਕਰ ਲੈ ਵੀ ਪਹਿਲ ਦੇ ਆਧਾਰ 'ਤੇ ਸਾਡਾ ਉਹ ਕੰਮ ਹੋਵੇ। ਅਤੇ ਬਾਕੀ ਜਿਹੜਾ ਵਾ ਗਲੀਆਂ ਨਾਲੀਆਂ ਦਾ ਜਿਹੜਾ ਡਿਵੈਲਪਮੈਂਟ ਦਾ ਕੰਮ ਸੀ, ਇਹ ਕਾਫੀ ਚਿਰ ਤੋਂ ਸਾਡਾ ਜਿਹੜਾ ਰੁਕਿਆ ਸੀਗਾ ਜੀ, ਉਹ ਅਸੀਂ ਕੁਛ ਹੱਦ ਤੱਕ ਆਪਣਾ ਕਾਫੀ ਅਸੀਂ ਪਿੰਡ ਦਾ ਕੰਮ ਕਰਵਾ ਸਰ। ਉਹ ਤਾਂ ਮੇਰੇ ਖਿਆਲ ਨਾਲ ਲੋਕ ਤੁਹਾਡੇ ਪਿੰਡ ਵਾਸੀ ਦੱਸ ਰਹੇ ਕਿ 30-40 ਸਾਲ ਤੋਂ ਨਹੀਂ ਸੀ ਹੋਇਆ ਕੰਮ। ਸਹੀ ਗੱਲ ਹੈ। ਅਤੇ ਜਿਹੜਾ ਹੁਣ ਤੁਸੀਂ ਐਤਕਾਂ ਕਰਵਾਇਆ? ਮੇਰੀ ਵੇਖੋ ਜੀ ਪੰਚਾਇਤ ਬਹੁਤ ਵਧੀਆ, ਨਾਲ ਮੇਰੀ ਮੈਂਬਰ ਸਾਹਿਬ ਨਾਲ ਮੇਰਾ ਵਧੀਆ ਸਾਥ ਦਿੱਤਾ, ਪਿੰਡ ਵਾਸੀਆਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ, ਅਤੇ ਉਹ ਅਸੀਂ ਜਿੰਨੇ ਵੀ ਹੋਏ ਆ ਹੁਣ ਤੱਕ ਵੱਧ ਤੋਂ ਵੱਧ ਕਰਵਾ ਚੁੱਕੇ ਹਾਂ। ਜਿਹੜੇ ਰਹਿੰਦੇ ਆ ਉਹ ਅਸੀਂ ਜਿਹੜੀ ਨਵੀਂ ਬਣੀ ਸਰਕਾਰ ਆ ਆਮ ਆਦਮੀ ਪਾਰਟੀ ਦੀ, ਅਸੀਂ ਉਹਨਾਂ ਕੋਲ ਸਹਿਯੋਗ ਮੰਗਦੇ ਹਾਂ ਵੀ ਜਿਹੜੇ ਸਾਡੇ ਅਧੂਰੇ ਕੰਮ ਰਹਿੰਦੇ ਆ ਉਹ ਸਾਡਾ ਸਾਥ ਦਿੱਤਾ ਜਾਵੇ, ਅਤੇ ਅਸੀਂ ਉਹ ਵੀ ਛੇਤੀ ਤੋਂ ਛੇਤੀ ਸਿਰੇ ਲਾਈਏ ਇੱਥੇ ਦੇ ਲਾਈਏ। ਅਤੇ ਅੱਛਾ, ਜਿੰਨਾ ਦੀ ਤੁਹਾਨੂੰ ਮੇਨ ਤਾਂ ਇੱਕ ਜੀ ਜਿਹੜੀ ਹੈਲਥ ਡਿਸਪੈਂਸਰੀ ਪ੍ਰਾਇਮਰੀ ਹੈਲਥ, ਹਾਂਜੀ ਹਾਂਜੀ ਹਾਂਜੀ, ਉਹ ਸਾਡੀ ਤਕਰੀਬਨ ਪਾਸ ਤਾਂ ਸੀਗੀ ਪਰ ਸਾਨੂੰ ਉਹਦਾ ਕੋਈ ਅਜੇ ਫੰਡ ਨਹੀਂ ਹੋਈ ਆਇਆ ਜੀ। ਅਸੀਂ ਇੱਕ ਤਾਂ ਉਹਦੀ ਮੰਗ ਕਰਦੇ ਹਾਂ, ਪਾਸ ਹੋ ਗਈ ਜੀ, ਉਹ ਸਾਨੂੰ ਉਹਦਾ ਫੰਡ ਮਿਲ ਜੇ। ਇੱਕ ਸਾਡਾ ਪੰਚਾਇਤ ਘਰ, ਅੱਛਾ ਜੀ, ਦੂਸਰਾ ਜੀ ਬੱਸ ਸਟੈਂਡ, ਤੀਸਰਾ ਸਾਡਾ ਸ਼ਮਸ਼ਾਨ ਘਾਟ ਦਾ ਕੰਮ, ਜਿਹੜਾ ਐਸਸੀ ਸ਼ਮਸ਼ਾਨ ਘਾਟ, ਐਸਸੀਬੀਸੀ ਸ਼ਮਸ਼ਾਨ ਘਾਟ, ਹਾਂਜੀ ਹਾਂਜੀ, ਉਹਦਾ ਕੰਮ ਸ਼ੁਰੂ ਹੋ ਜੇ। ਸੀਵਰੇਜ ਦਾ ਸਾਡਾ ਮਸਲਾ ਹੋ ਜੇ, ਅਤੇ ਜਿਹੜਾ ਸ਼ੈੱਡਾਂ ਦਾ ਵਾ ਇਹ ਹੋ ਜੇ, ਅਤੇ ਬਾਕੀ ਜਿਹੜਾ ਹੋਰ ਸਕੂਲ ਸਾਡਾ ਜਿਹੜਾ ਜੀ ਪਲੱਸ ਟੂ ਦਾ ਅਪਗ੍ਰੇਡ ਹੋਇਆ ਵਾ, ਉਹ ਸਾਨੂੰ ਛੇਤੀ ਤੋਂ ਛੇਤੀ ਉਹਦੇ ਜਿਹੜੇ ਆ ਜਿਹੜੀ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਆ, ਮੇਨ ਜਿਹਦੀ ਪਰੇਸ਼ਾਨੀ ਆ ਲੋਕਾਂ ਨੂੰ। ਠੀਕ ਹੈ। ਤੇ ਅੱਛਾ ਸਰ, ਆਪਣੇ ਪਿੰਡ ਚ ਗਰਾਊਂਡ ਹੈ ਕੀ ਜੀ? ਨਹੀਂ ਜੀ, ਗਰਾਊਂਡ ਪਿੰਡ 'ਚ ਜਿਹੜੀ ਆ ਪੰਚਾਇਤੀ ਜ਼ਮੀਨ ਨਾਮ ਕਰਨ, ਪਿੰਡ 'ਚ ਗਰਾਊਂਡ ਦੀ ਜਿਹੜੀ ਸਾਨੂੰ ਜੀ ਬਹੁਤ ਪ੍ਰੋਬਲਮ ਹੈ, ਅਤੇ ਸਾਡੇ ਜਿਹੜੇ ਨੌਜਵਾਨਾਂ ਦੀ ਬੱਚਿਆਂ ਦੀ ਜਿਹੜੀ ਮੰਗ ਆ, ਗਰਾਊਂਡ ਸਾਡੀ ਮੁੱਖ ਮੰਗ ਆ, ਮੁੱਖ ਮੰਗ, ਪਰ ਉਹ ਪੈਲੀ ਪਿੰਡ ਦੇ ਵਿੱਚ ਨਾ ਹੋਣ ਕਰਕੇ ਉਹ ਸਾਡਾ ਕੰਮ ਅਧੂਰਾ ਪਿਆ। ਠੀਕ ਹੈ। ਮਤਲਬ ਕਿ ਪੈਲੀ ਸਟੇਡੀਅਮ ਦਾ ਸਾਡੇ ਪਾਸ ਵੀ ਹੋ ਕੇ ਆ ਗਿਆ ਸੀਗਾ, ਪਰ ਉਹ ਪਤਾ ਨਹੀਂ ਕਿਉਂ ਕੀ ਕਾਰਨ, ਹੁਣ ਤੁਹਾਨੂੰ ਅਸੀਂ ਦੱਸ ਦਈਏ ਵੀ ਉਹ ਸਾਡੇ ਮਤਲਬ ਨਹੀਂ ਹੋ ਨਾ ਬਾਹਰ ਹੀ ਬਣ ਸਕਿਆ, ਅਤੇ ਪਿੰਡ 'ਚ ਤਾਂ ਚਲੋ ਸ਼ਾਇਦ ਉਹਨਾਂ ਨੂੰ ਲੱਗਾ ਸੀ ਵੀ ਨਾ ਬਣਦੇ ਯੋਗ ਹੈ ਪਿੰਡ 'ਚ, ਉਹ ਪਾਰ ਵੀ ਨਹੀਂ ਬਣ ਸਕਿਆ। ਅੱਛਾ, ਉੱਧਰ ਨਹੀਂ ਬਣ ਸਕਿਆ, ਖੁਰਦ 'ਚ ਨਹੀਂ ਬਣਿਆ, ਖੁਰਦ 'ਚੋਂ ਨਹੀਂ ਬਣਿਆ, ਅਤੇ ਇੱਥੇ ਨਹੀਂ ਬਣ ਸਕਿਆ, ਇੱਥੇ ਨਹੀਂ ਬਣਿਆ। ਵੈਸੇ ਉਹਦੀ ਸਾਡੀ ਜਿਹੜੀ ਮੰਗ ਹੈ ਉਹ ਤਾਂ ਸਾਡੀ ਪਿੰਡ ਵੱਡਾ ਕਰਕੇ ਅਤੇ ਪਿੰਡ 'ਚ ਹੀ ਬਣਨੀ ਹੈ, ਸਾਡੀ ਸਭ ਮੁੱਖ ਮੰਗ ਹੈ ਜੇ ਬਣੇ ਤਾਂ ਪਿੰਡ 'ਚ ਹੀ ਬਣਨਾ।
अच्छा सर होर अपने जिदा मान लो कि तुसीं जिम का समान ये मिलिया सी आपां नूं? ਨਹੀਂ ਜੀ ਜਿਮ ਜਿਹੜੀ ਹੈਲਥ ਕਲੱਬ ਨਹੀਂ ਹਾਂ ਹੈਲਥ ਕਲੱਬ ਨਹੀਂ ਜੀ ਹੈਲਥ ਕਲੱਬ ਵਾਲੀ ਜਿਮ ਦਾ ਸਾਨੂੰ ਤੇ ਨਹੀਂ ਮਿਲਿਆ ਬਾਕੀ ਜਿਹੜੀ ਓਪਨ ਜਿਮ ਆ ਜਿਹੜੀ ਉਹ ਸਾਨੂੰ ਪਾਰਕ 'ਚ ਲੱਗੀ ਆ ਜੀ ਓਪਨ ਜਿਮ ਮਿਲੀ ਓਪਨ ਜਿਮ ਮਿਲੀ ਆ ਓਪਨ ਜਿਮ ਮਿਲੀ ਹਾਂ ਜੀ ਉਹ ਮੇਨ ਬੱਸ ਅੱਡੇ ਤੇ ਸਾਡੀ ਪਾਰਕ ਆ ਜੀ ਉਹਦੇ ਵਿੱਚ ਅਸੀਂ ਲਵਾ ਚੁੱਕੇ ਹਾਂ ਜੀ ਅੱਛਾ ਪਾਰਕ ਬਣੀ ਆ ਬਕਾਇਦਾ ਉੱਥੇ ਓਪਨ ਜਿਮ 120 ਫੁੱਟ ਤੋਂ ਜ਼ਿਆਦਾ ਡੂੰਘਾ ਬੋਰ ਨਹੀਂ ਕਰਾ ਸਕਦੇ ਤੇ ਉਹ ਫਿਰ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਨੇ ਤੇ ਆਪਣੇ ਪਿੰਡ ਵਿੱਚ ਵਾਟਰ ਸਪਲਾਈ ਦਾ ਕਿੱਦਾਂ ਹੈ ਸਾਡੇ ਪਿੰਡ ਵਿੱਚ ਜੀ ਕਾਫੀ ਹੱਦ ਤੱਕ ਤੇ ਜਿਹੜਾ ਵਾ ਪਾਣੀ ਪੀਣ ਵਾਲਾ ਕੁਛ ਚਾਹੁੰਦੀ ਆ ਜਿੱਥੇ ਪਾਣੀ ਨਹੀਂ ਪਹੁੰਚਿਆ ਤਕਰੀਬਨ ਪਾਣੀ ਜਿਹੜਾ ਵਾ ਸਾਡੇ ਪਿੰਡ ਟੈਂਕੀ ਦਾ ਪਾਣੀ ਜਿਹੜਾ ਵਾ ਉਹ ਲੋਕ ਵਰਤਦੇ ਆ ਜੀ ਇੱਕੋ ਪ੍ਰੋਬਲਮ ਬਸ ਸਾਡੀ ਜਿਹੜੀ ਉਹ ਸ਼ਹਿਰ ਦੇ ਨੇੜੇ ਸ਼ਹਿਰ ਵਾਲੀ ਬਾਈ ਆਉਂਦੇ ਆ ਕਲੋਨੀ ਆ ਉਹਦੇ ਵਿੱਚ ਕਾਫੀ ਮਤਲਬ ਸਾਡਾ ਸੈਨੀਟੇਸ਼ਨ ਦਾ ਕੰਮ ਹੋ ਰਿਹਾ ਉਹ ਵੀ ਅਸੀਂ ਹਾੜ ਸਾਡੇ ਕੋਲ ਉਹਦੇ ਫੰਡ ਵੀ ਬਕਾਇਦਾ ਪਿਆ ਵਾ ਅਸੀਂ ਉਹ ਵੀ ਛੇਤੀ ਤੋਂ ਛੇਤੀ ਕਰਵਾਵਾਂਗੇ ਠੀਕ ਹੈ ਮਤਲਬ ਕਿ ਜਦੋਂ ਆਪਣੇ ਆਪ ਕੰਮ ਸ਼ੁਰੂ ਹੋਣਗੇ ਉਦੋਂ ਹੀ ਉਹ ਮਤਲਬ ਸਭ ਤੋਂ ਪਹਿਲਾਂ ਉਹ ਕਰਾਓਗੇ ਅਤੇ ਅੱਛਾ ਸਰ ਆਪਣੇ ਗੰਦੇ ਪਾਣੀ ਦਾ ਨਿਕਾਸ ਦਾ ਕਿੱਦਾਂ ਜੀ ਗੰਦੇ ਪਾਣੀ ਦਾ ਤਕਰੀਬਨ ਅਸੀਂ ਇੱਕ ਆ ਮੇਰੇ ਘਰ ਦੇ ਜਿਹੜਾ ਨੇੜੇ ਛੱਪੜ ਤੁਸੀਂ ਵੇਖਿਆ ਵੀ ਹਾਂਜੀ ਇਹਦਾ ਇੱਕ ਪਾਰਟ ਅਸੀਂ ਸਾਫ਼ ਕਰਵਾ ਚੁੱਕੇ ਹਾਂ ਅਤੇ ਇਹਦੇ 'ਚ ਕਰੋਬਰ 80-90% ਪਾਣੀ ਜਿਹੜਾ ਕਲੋਨੀਆਂ ਦਾ ਵੀ ਸਾਰਾ ਪਾਣੀ ਇੱਥੇ ਹੋਰ ਵੀ ਨਗਰ ਦਾ ਪਾਣੀ ਜਿਹੜਾ ਜ਼ਿਆਦਾਤਰ ਪਿੰਡ ਦਾ ਪਾਣੀ ਜਿਹੜਾ ਜੀ ਇਸ 'ਚ ਆਉਂਦਾ ਵਾ ਇਹ ਪਹਿਲਾਂ ਇਹਦੀ ਹਾਲਤ ਬਹੁਤ ਬਦਤਰ ਸੀ ਜਦੋਂ ਦਾ ਇਹ ਕਰਾਇਆ ਵਾ ਜੀ ਪਾਣੀ ਸਮਾਉਣ ਯੋਗ ਹੋਇਆ ਅਤੇ ਅਸੀਂ ਹੁਣ ਕੋਸ਼ਿਸ਼ ਕਰਾਂਗੇ ਕਿ ਜਿਹੜਾ ਜਿਹੜਾ ਪਾਰਟ ਰਹਿੰਦਾ ਵਾ ਉਹ ਵੀ ਛੇਤੀ ਤੋਂ ਛੇਤੀ ਸ਼ੁਰੂ ਕਰਵਾਇਆ ਜਾਵੇ ਅਤੇ ਸਾਡੀ ਜੇ ਸੀਵਰੇਜ ਦੀ ਸਾਡੀ ਮੰਗ ਆ ਜੇ ਸਾਡੇ ਸੀਵਰੇਜ ਪੈ ਜੇ ਅਤੇ ਜਿਹੜਾ ਗੰਦੇ ਪਾਣੀ ਦਾ ਨਿਕਾਸ ਦਾ ਵਾ ਉਹ ਸਾਡੀ ਪ੍ਰੋਬਲਮ ਆ ਸਾਡੇ ਲਾਗੇ ਡਰੇਨ ਆ ਉਹ ਸਾਡੀ ਬਹੁਤ ਵਧੀਆ ਤਰੀਕੇ ਨਾਲ ਹੱਲ ਹੋ ਸਕਦੀ ਹੈ ਹੱਲ ਹੋ ਸਕਦੀ ਹੈ ਸੀਵਰੇਜ ਪੈ ਜਾਂਦਾ ਜੇ ਸੀਵਰੇਜ ਪੈ ਜਾਂਦਾ ਮੰਗ ਕਰ ਸਾਡੀ ਇਹ ਮੁੱਖ ਮੰਗ ਆ ਜੀ ਸੀਵਰੇਜ ਦੀ ਸੀਵਰੇਜ ਠੀਕ ਅਤੇ ਅੱਛਾ ਸਰ ਆਪਣੇ ਜਿਹੜੇ ਕੈਟਲ ਸੈੱਡ ਦੀ ਸਕੀਮ ਆਈ ਸੀ ਉਹ ਆਪਣੇ ਪਿੰਡ 'ਚ ਕਿੰਨੇ ਕੁ ਬਣੇ ਅਸੀਂ ਜੀ ਸਿਰਫ ਅਜੇ ਸਾਡੇ 4 ਕੁ ਬਣੇ ਜੀ ਅੱਛਾ ਜੀ ਅਤੇ ਸਰ ਬਾਕੀ ਕਿਉਂ ਭਰੇ ਕਿੰਨੇ ਸੀ ਤੁਸੀਂ ਟੋਟਲ ਬਾਕੀ ਜੀ ਅਜੇ ਸਾਡੇ ਅਜੇ ਮਤਲਬ ਬਕਾਇਦਾ ਸਾਨੂੰ ਪਾਸ ਨਹੀਂ ਕੋਈ ਹੋ ਸਕਦਾ ਕੋਈ ਮਹਿਕਮੇ ਦੀਆਂ ਕੋਈ ਮਜਬੂਰੀਆਂ ਕੋਈ ਖਾਮੀਆਂ ਉਹਨਾਂ ਬਾਰੇ ਆਪਾਂ ਜ਼ਿਆਦਾ ਨਹੀਂ ਜਾਣਦੇ ਆਪਣਾ 4 ਕੁ ਪਿੰਡ 'ਚ ਪਾਏ ਆ ਹੋਰ ਵੀ ਮੇਰੇ ਗਰੀਬ ਭੈਣ ਭਰਾ ਜ਼ਿਮੀਂਦਾਰ ਭਰਾ SC ਭਰਾ ਹੋਰ ਵੀ ਜਿਹੜੇ PC ਜਨਰਲ ਜਿੰਨੇ ਵੀ ਆ ਜਿਹਨਾਂ ਦੇ ਘਰ ਪਸ਼ੂ ਆ ਅਜੇ ਕਾਫੀ ਲੋੜਵੰਦ ਆ ਜਿਹਨਾਂ ਨੂੰ ਮਤਲਬ ਸ਼ੈੱਡ ਜ਼ਰੂਰਤ ਆ ਜੀ ਅਤੇ ਅਸੀਂ ਮੰਗ ਕਰਦੇ ਹਾਂ ਵੀ ਸਾਡੇ ਉਹ ਵੀ ਬਣਾਏ ਪਸ਼ੂ ਲੋਕ ਰੱਖਣ ਅਤੇ ਸ਼ੈੱਡ ਬੜਾ ਜੀ ਬਣਵਾਈ ਜਾਣ ਬਣਵਾਏ ਠੀਕ ਹੈ ਇੱਕ ਸਾਡੀ ਮੰਗ ਆ ਜੀ ਬੱਸ ਸਟੈਂਡ ਸਾਡੇ ਉਹਦੇ ਵਾਸਤੇ ਕੋਈ ਬਹਿਣ ਕਲਾਉਣ ਨੂੰ ਜਗ੍ਹਾ ਨਹੀਂ ਹੈਗੀ ਅੱਛਾ ਆਪਣੇ ਬੱਸ ਸਟੈਂਡ ਹੈ ਨਹੀਂ ਪਿੰਡ ਦੇ ਵਿੱਚ ਸਵੇਰ ਵੇਲੇ ਸ਼ਾਮ ਵੇਲੇ ਸਿਆਣੇ ਬੱਚੇ ਬੀਬੀਆਂ ਬੱਚੇ ਵਗੈਰਾ ਸਭ ਜਾਂਦੇ ਅੱਛਾ ਸੈਰ ਕਰਦੇ ਆ ਸੈਰ ਕਰਦੇ ਆ ਜੀ ਜਿਹੜੇ ਅੱਤ ਲੋੜਵੰਦ ਪਰਿਵਾਰ ਨੇ ਹਾਂਜੀ ਹਾਂਜੀ ਉਹ ਕਣਕ ਤੋਂ ਅਜੇ ਤੱਕ ਵਾਂਝੇ ਨੇ ਉਹਨਾਂ ਦੇ ਕਾਰਡ ਨਹੀਂ ਬਣੇ ਕਾਰਡ ਵੇਖੋ ਜੀ ਜਦੋਂ ਕਾਂਗਰਸ ਸਰਕਾਰ ਹੋਂਦ ਚ ਆਈ ਅਤੇ ਉਦੋਂ ਬਾਅਦ ਜਾਂਦੇ ਰਹੇ ਕਰਦੇ ਰਹੇ ਵੀ ਕੋਈ ਕਾਰਡ ਲੱਗੀ ਆ ਜੀ ਅੱਛਾ ਜੀ ਉਹਦੇ ਕਾਰਨ ਜਿੱਥੇ ਕੋਈ ਉਦੋਂ ਦੱਸਦੇ ਵੀ ਜਿੱਥੇ ਕਿਤੇ 3000 ਮਗਰ 2700 ਰਹਿ ਗਿਆ ਜੀ ਉਹਦਾ ਕਰਕੇ ਸਾਡਾ ਜਿਹੜਾ ਪਿੰਡ ਆ SC ਵਰਦੀ ਜ਼ਿਆਦਾ ਹੋਣ ਕਰਕੇ ਸਾਨੂੰ ਸਭ ਤੋਂ ਜ਼ਿਆਦਾ ਮੁਸ਼ਕਲ ਜਿਹੜੀ ਆਉਂਦੀ ਆ ਉਹ ਗਰੀਬ ਪਰਿਵਾਰਾਂ ਦੀ ਕਣਕ ਕੱਟੀ ਹੋਣ ਕਰਕੇ ਉਹ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਆ ਜਿਹਦੇ ਕਰਕੇ ਸਾਨੂੰ ਵੀ ਬੜਾ ਪਰੇਸ਼ਾਨ ਹੋਣਾ ਪੈਂਦਾ ਅਤੇ ਉਹਦੇ ਲਈ ਸਾਨੂੰ ਜਵਾਬਦੇਹ ਹੋਣਾ ਪੈਂਦਾ ਸਾਡੀ ਮੰਗ ਆ ਨਵੀਂ ਬਣੀ ਸਰਕਾਰ ਤੋਂ ਵੀ ਜਿਹੜੇ ਲੋੜਵੰਦ ਆ ਬਕਾਇਦਾ ਤੌਰ 'ਤੇ ਭਾਵੇਂ ਨਵੇਂ ਸਿਰੇ ਸਰਵੇ ਹੋ ਗਏ ਜਿਹੜੇ ਲੋੜਵੰਦ ਪਰਿਵਾਰ ਆ ਜੀ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਨਵੇਂ ਸਿਰੋਂ ਭਾਵੇਂ ਸਰਵੇ ਕਰਨ ਬਹੁਤ ਬਹੁਤ ਸਰਪੰਚ ਤੁਹਾਡੀ ਮਿਹਰਬਾਨੀ ਜੀ ਕਿ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਸਾਨੂੰ ਆਪਣੇ ਕੰਮਾਂ ਬਾਰੇ ਦੱਸਿਆ ਜਿਹੜੇ ਕੀਤੇ ਨੇ ਉਹ ਵੀ ਜਿਹੜੇ ਤੁਹਾਡੇ ਹੋਣ ਵਾਲੇ ਨੇ ਉਹ ਵੀ
ਜਿਹੜੀਆਂ ਤੁਸੀਂ ਅਪੀਲਾਂ ਕੀਤੀਆਂ ਨੇ ਸਰਕਾਰ ਅੱਗੇ, ਇਹ ਤੁਹਾਡੀਆਂ ਸਰਕਾਰ ਤੱਕ ਚਲੀਆਂ ਜਾਣਗੀਆਂ। ਹੋ ਰਿਹਾ ਜੀ, ਜਿਹੜੇ ਜ਼ਿਮੀਂਦਾਰ ਭਰਾ ਡੇਰਿਆਂ ਦੇ ਰਹਿੰਦੇ ਆ, ਹਾਂਜੀ, ਬੈਂਕਾਂ ਦੇ ਰਹਿੰਦੇ ਆ, ਹਾਂਜੀ, ਉਹਨਾਂ ਨੇ ਸਾਡੇ ਕੁਛ ਕੁ ਹੀ ਪੈ ਜਿਹੜੇ ਆ ਉਹ ਉਹਨਾਂ ਦੇ ਰਾਹ ਪੱਕੇ ਕਰਵਾ ਚੁੱਕੇ ਆ, ਤੇ ਸਾਡੇ ਜਿਹੜੇ ਕੁਛ ਰਹਿ ਗਏ ਨੇ, ਜਿਹੜੇ ਮਤਲਬ ਕਈ ਦੂਰ ਦਰਾਜ ਘਰ ਨੇ ਤੇ ਜਿਹਨਾਂ ਨੂੰ ਕੱਚੇ ਰਾਹ ਜਦੋਂ ਆਮ ਹੁੰਦੀ ਆ, ਮੌਸਮ ਸਹੀ ਹੁੰਦਾ, ਉਦੋਂ ਤੇ ਉਹ ਲੰਘਣਾ ਉਹਨਾਂ ਦਾ ਠੀਕ ਆ।